माइनस न माइनस कट गया कि हो गया प्लस तो आंसर अपना हल करके कि आ गया नौ वटा अठाई हम सब तो इंपॉर्टेंट चीज़ क्योंकि जो तो यहाँ आंसर आता है अपने दिमाग ये चल रहा है कि वाकई अपना आंसर सही है या नहीं तो फिर दोस्तों आप जिथे जिथे एक्स है देखो समीकरण की है अपने को पंद्रह वटे चार माइनस सत एक्स बराबर तीन वटे दो जिथे एक्स है ਚਾਹੇ ਇੱਕ ਪਾਸੇ ਚਾਹੇ ਦੋ ਪਾਸੇ ਉੱਥੇ ਆਪਾਂ ਇਹ ਕੀਮਤ ਭਰਾਂਗੇ ਆਪਾਂ ਭਰ ਕੇ ਦੇਖਦੇ ਆਂ ਦੇਖੋ ਹੁਣ x ਦੇ ਥਾਂ ਤੇ ਕੀ ਆ ਗਿਆ 9/28 ਕਿਉਂਕਿ ਉਹਦੇ ਗੁਣਾ ਤਾਂ ਇੱਥੇ ਵੀ ਆਪਾਂ ਕੀ ਕਰਾਂਗੇ ਗੁਣਾ ਹੁਣ ਇਹ ਕੱਟੇ ਜਾਂਦੇ ਆ 7 1 7 7 4 28 ਤਾਂ ਖੱਬੇ ਪਾਸੇ ਕੀ ਆ ਗਿਆ 15/4 9/4 3 ਕੀ ਆ ਦੇਖੋ ਹਰ ਇੱਕੋ ਨਾਲ ਦਾ 4 ਤਾਂ ਉਮੀਦਾਂ ਉਹ ਮੇ ਆਪਣੇ ਕੋਲੇ ਆ ਗਿਆ 15 9 4 15 ਚੋਂ 9 ਘਟਾਏ 6 4 3 2 ਇਹ ਦੋਨੇ ਦੋ ਦੇ ਪਹਾੜੇ ਤੇ ਵੰਡੇ ਜਾਂਦੇ ਆ ਤਾਂ ਦੋਨੇ ਪਾਸੇ ਕੀ ਆ ਗਏ ਬਰਾਬਰ ਆ ਗਏ ਤੇ ਜਦੋਂ ਦੋਨੇ ਪਾਸੇ ਬਰਾਬਰ ਆ ਜਾਂਦੇ ਆ ਇਹਦਾ ਮਤਲਬ ਜੋ ਆਪਾਂ ਸਮੀਕਰਨ ਹੱਲ ਕੀਤੀ ਹੈ ਉਹ ਆਨਸਰ ਕੀ ਹੈ ਸਹੀ ਹੈ ਤਾਂ ਇਸਦਾ ਮਤਲਬ ਕੀ ਹੋ ਗਿਆ ਜਿਹੜੀ ਆ ਸਮੀਕਰਨ ਹੈ ਇਹਦਾ ਆਨਸਰ ਕੀ ਹੈ ਸਹੀ ਹੈ ਇਹ ਸੀ ਆਪਣਾ ਰੇਖੀ ਸਮੀਕਰਨ ਦਾ ਕਨਸੈਪਟ ਥੈਂਕ ਯੂ